ਬਗਦਾਦ ਸ਼ਹਿਰ ਦੀ ਕੀ ਨਿਸ਼ਾਨੀ, ਜਿੱਥੇ ਉੱਚੀਆਂ ਲੰਮੀਆਂ ਚੀਲਾਂ ਹੋ, ਸੰਗ ਫਕੀਰਾਂ ਹੋ, ਸ਼ਹਿਰ ਬਗਦਾਦ ਦੇ ਮੰਗ ਟੁਕੜੇ ਖਾਸਾਂ, ਮੂੰਹ ਕਰ ਸਾਂ ਮੀਰਾ ਮੀਰਾ ਹੂੰ, ਮੀਰਾ ਡੁੱਬੇ ਹੋਏ ਵੇੜਿਆਂ ਨੂੰ ਤਾਰਦਾ, ਮੀਰਾ ਡੁੱਬੇ ਹੋਏ ਵੇੜਿਆਂ ਨੂੰ ਤਾਰਦਾ, ਕਿਹੜੀ ਹਸਤੀ ਆਖਿਆ ਏ, ਮੀਰਾ ਜੇ ਜੱਗ ਉੱਤੇ ਹੋਰ ਨਾ ਕੋਈ, ਨਾਨਾ ਸੋਹਣਾ ਨਬੀ ਅਤੇ ਦਾਦਾ ਸੋਹਣਾ ਅਲੀ। ਜਨਾਬੇ ਮੀਰਾ ਸਰਕਾਰ ਦਾ ਇੱਕ ਸ਼ਹਿਰ ਦੇ ਵਿੱਚੋਂ ਗੁਜ਼ਰ ਹੋਇਆ, ਤਮਾਮ ਸ਼ਹਿਰ ਮੁਰੀਦਾਂ ਦਾ ਸੀ, ਸਾਰੇ ਮੁਰੀਦ ਆਏ, ਆ ਕੇ ਆਉਂਦੇ ਨੇ ਸਰਕਾਰ ਅੱਜ ਤੁਹਾਡੀ ਦਾਵਤ ਸਾਡੇ ਵਾਲੇ, ਤੁਹਾਡੀ ਦਾਵਤ ਸਾਡੇ ਵਾਲੇ। ਸਰਕਾਰ ਫਰਮਾਉਂਦੇ ਨੇ ਬਾਈ ਦਾਵਤ ਅੱਜ ਉਹਦੇ ਵਾਲੇ, ਮੇਰੇ ਨਾਲ ਹੈ ਮੇਰਾ ਸ਼ੇਰ, ਜਿਹੜਾ ਮੇਰੇ ਸ਼ੇਰ ਦੀ ਖੁਰਾਕ ਦੇਗਾ ਦਾਵਤ ਅੱਜ ਉਹਦੇ ਵਾਲੇ। ਉਹ ਸਾਰੇ ਮੁਰੀਦਾਂ ਨੇ ਆਖਿਆ ਸਰਕਾਰ ਬੱਕਰੇ ਕੋ ਦਿਆਂਗੇ, ਛਤਰੇ ਕੋ ਦਿਆਂਗੇ, ਉੱਠ ਕੋ ਦਿਆਂਗੇ। ਸਰਕਾਰ ਫਰਮਾਉਂਦੇ ਨੇ ਨਾ ਬੱਕਰੇ ਦਾ ਨਾ ਛਤਰੇ ਦਾ ਨਾ ਉੱਠ ਦਾ। ਆਖਿਆ ਸਰਕਾਰ ਹੁਕਮ ਕਰੋ ਇਹ ਕੀ ਖਾਂਦਾ ਹੈ। ਆਖਿਆ ਇਹ ਖਾਂਦਾ ਹੈ ਬੰਦੇ ਦਾ ਗੋਸ਼ਤ। ਜਿਸਲੇ ਬੰਦੇ ਦਾ ਨਾਮ ਆਇਆ, ਕੁਛ ਲੋਕ ਹੁੰਦੇ ਨੇ ਮਰੀਦ ਅਤੇ ਕੁਝ ਹੁੰਦੇ ਨੇ ਮਰੀਜ਼, ਉਹ ਜਿਹੜੇ ਸਨ ਨਾ ਮਰੀਜ਼ ਉਹ ਸਾਰੇ ਨਿਕਲ ਗਏ। ਨਾਦਰ ਨਾਮ ਦਾ ਕੌਮ ਦਾ ਅਨਸਾਰੀ, ਉਹਨੂੰ ਪਤਾ ਲੱਗਾ ਮੇਰੇ ਪੇਸ਼ਵਾ ਮੇਰੇ ਮੁਰਸ਼ਦ ਮੇਰੇ ਰਹਿਬਰ ਆਏ ਨੇ। ਕੱਲਾ ਕੱਲਾ ਉਹਦਾ ਪੁੱਤਰ ਸੀ, ਉਹਨੂੰ ਟੁਕਾ ਕੇ ਲਿਆਉਂਦਾ ਸੀ ਪਿਆ। ਉਹਨੇ ਆਪਣੀ ਬੀਵੀ ਨੂੰ ਆਖਿਆ ਕਰਮਾਲੀਏ ਤੂੰ ਨੂੰਹ ਦੀ ਡੋਲੀ ਘਰ ਲੈ ਜਾ, ਮੈਂ ਉਹਨਾਂ ਚਿਰ ਘਰ ਨਹੀਂ ਜਾਣਾ ਜਿੰਨਾ ਚਿਰ ਅੱਜ ਮੇਰੇ ਪੀਰ ਮੇਰੀ ਦਾਵਤ ਕਬੂਲ ਨਹੀਂ ਕਰ ਲੈਣੀ। ਆਇਆ ਕਦਮਾਂ 'ਤੇ ਹੱਥ ਲਾ ਕੇ ਆਉਂਦਾ ਸਰਕਾਰ ਲਾਜਪਾਲ ਸ਼ਹਿਨਸ਼ਾਹ ਤੁਹਾਡੀ ਜ਼ਾਤ 'ਤੇ ਮੇਰਾ ਲੱਖ 'ਤੇ ਕਰੋੜ ਸਲਾਮ ਹੋਵੇ। ਸਰਕਾਰ ਅੱਜ ਤੁਹਾਡੀ ਦਾਵਤ ਤੁਹਾਡੇ ਵਾਲੇ। ਸਰਕਾਰ ਫਰਮਾਉਂਦੇ ਨੇ ਨਾਦਰਾ ਜਿੰਨੇ ਤੇਰੇ ਪੀਰ ਪਾਈ ਆਏ ਨੇ
ਉਹਨਾਂ ਸਾਰਿਆਂ ਆਖਿਆ ਕਿ ਅੱਜ ਸਰਕਾਰ ਤੁਹਾਡੀ ਦਾਵਤ ਸਾਡੇ ਵਾਲੇ, ਤੂੰ ਪਿਆ ਨਾ ਤੁਹਾਡੀ ਦਾਵਤ ਤੁਹਾਡੇ ਵਾਲੇ। ਹੱਥ ਬੰਨ ਕੇ ਨਾਜ਼ਰਾਂ ਦਾ ਲਜਪਾਲ ਸ਼ਹਿਨ ਸ਼ਾਹ, ਮੈਂ ਕੀ ਦਿੱਤਾ ਤੇਰਾ, ਦਿੱਤਾ ਤੇਰੇ ਤੋਂ ਹੀ ਵਾਰ ਮੈਂ, ਮੇਰੇ ਕੋਲ ਆਪਣਾ ਹੈ ਕੀ, ਸਭ ਕੁਛ ਤੁਹਾਡਾ ਦਿੱਤਾ ਹੋਇਆ। ਜਿਸ ਲਈ ਨਹੀਂ ਗੱਲ ਹੋਈ, ਮੀਰਾ ਪਾਕ ਦੀ ਜ਼ਾਤ ਪਾਕ ਫਰਮਾਣ ਲੱਗੇ, ਮੇਰੇ ਨਾਲ ਮੇਰਾ ਸ਼ੇਰ, ਜਿਹੜਾ ਮੇਰੇ ਸ਼ੇਰ ਦੀ ਖੁਰਾਕ ਦੇਗਾ ਦਾਵਤ ਅੱਜ ਉਹਦੇ ਵਾਲੇ। ਆਖਿਆ ਸਰਕਾਰ ਬੱਕਰੇ ਕੋ ਦਿਆਂਗੇ, ਛਤਰੇ ਕੋ ਦਿਆਂਗੇ, ਉੱਠ ਕੋ ਦਿਆਂਗੇ। ਸਰਕਾਰ ਫਰਮਾਉਂਦੇ ਨੇ ਨਾ ਬੱਕਰੇ ਦਾ ਨਾ ਛਤਰੇ ਦਾ ਨਾ ਉੱਠਦਾ, ਇਹ ਸਭ ਕੁਝ ਹੋ ਚੁੱਕਿਆ ਹੈ। ਆਖਿਆ ਸਰਕਾਰ ਹੁਕਮ ਕਰੋ। ਆਖਿਆ ਇਹ ਖਾਂਦਾ ਹੈ ਬੰਦੇ ਦਾ ਗੋਸ਼ਤ। ਅਤੇ ਨਾਦਰ ਨੇ ਹੱਥ ਬੰਨ ਕੇ ਆਖਿਆ, ਸਰਕਾਰ ਤੁਸੀਂ ਦਾਵਤ ਕਬੂਲ ਕਰੋ। ਸਰਕਾਰ ਜਿਸਲੇ ਉਹਦੇ ਘਰ ਵਾਲ ਆਏ, ਘਰ ਆਏ, ਬੜੇ ਬੜੇ ਅੱਛੇ ਉਹਨੇ ਖਾਣੇ ਪੇਸ਼ ਕੀਤੇ। ਸਰਕਾਰ ਫਰਮਾਉਂਦੇ ਨੇ ਮੈਂ ਸਈਦ ਹਾਂ, ਮੈਂ ਉਹਨਾਂ ਚਿਰ ਖਾਂਦਾ ਨਹੀਂ ਜਿੰਨਾ ਚਿਰ ਆਪਣੇ ਨਾਲ ਦੇ ਨੂੰ ਖਵਾ ਨਹੀਂ ਲੈਂਦਾ। ਬੱਚਾ ਫੜਿਆ, ਪੇਸ਼ ਕਰ ਦਿੱਤਾ, ਬੱਚਾ ਫੜਿਆ, ਪੇਸ਼ ਕਰ ਦਿੱਤਾ। ਜਿਸਲੇ ਪੇਸ਼ ਕੀਤਾ ਨਾ, ਸਰਕਾਰ ਫਰਮਾਉਂਦੇ ਨੇ ਨਾਦਰਾ ਇਸ ਤਰ੍ਹਾਂ ਨਹੀਂ, ਇਸ ਬੱਚੇ ਨੂੰ ਆਪਣੇ ਹੱਥੀਂ ਉਸ ਸ਼ੇਰ ਦੇ ਪਿੰਜਰੇ ਦੇ ਵਿੱਚ ਡੱਕਿਆ। ਕਿਹਦਾ ਹੌਸਲਾ ਪੈਂਦਾ ਹੈ, ਆਪਣੇ ਹੱਥੀਂ ਫੜਿਆ, ਸ਼ੇਰ ਦੇ ਪਿੰਜਰੇ ਦੇ ਵਿੱਚ ਡੱਕ ਕੇ ਆਇਆ। ਆ ਕੇ ਦਾਵਤਾਂ ਪੱਕ ਕੀਤੀਆਂ, ਖਾ ਕੀਤੀਆਂ, ਅਤੇ ਮਾਵਾਂ ਦੇ ਦਿਲ ਬੜੇ ਨਰਮ ਹੁੰਦੇ ਨੇ। ਆਖਿਆ ਵੇ ਨਾਦਰਾ, ਵੇ ਨਾਦਰਾ, ਵੇ ਨਾਦਰਾ, ਜਾ ਪਤਾ ਕਰ, ਜਾ ਪਤਾ ਕਰ ਜਾ ਕੇ ਕੋ ਹੱਡੀ ਜਾਂ ਪਿੰਜਰ ਬਚ ਗਿਆ ਹੋਵੇ। ਅਤੇ ਨਾਦਰ ਨੂੰ ਗੁੱਸਾ ਚੜ ਗਿਆ, ਉਹਨੇ ਆਖਿਆ ਗੱਲ ਸੁਣ, ਦੇਣੇ ਪੀਰਾਂ ਦੇ ਨਾਂ ਦੇ ਪੁੱਤਰ 'ਤੇ ਹੱਡੀਆਂ ਪਿੰਜਰ ਲੱਭਣੇ? ਆਖਿਆ ਵੇ ਨਾਦਰਾ, ਇਹ ਗੱਲ ਨਹੀਂ, ਉਹ ਹੱਡੀ ਜਾਂ ਪਿੰਜਰ ਲੈ ਆ, ਉਹਨੂੰ ਵਿਹੜੇ ਦੇ ਵਿੱਚ ਦਫਨਾਵਾਂਗੇ, ਨਾਲੇ ਪੀਰ ਦਾ ਦਿਨ ਮਨਾਵਾਂਗੇ, ਨਾਲੇ ਪੁੱਤਰ ਦੀ ਯਾਦ ਤਾਜ਼ਾ ਕਰ ਲਾਂ ਕਰਾਂਗੇ। ਜਿਸ ਲਈ ਨਹੀਂ ਗੱਲ ਹੋਈ, ਨਾਦਰ ਦੌੜਦਾ ਗਿਆ, ਜਾ ਕਿਵੇਂ ਦਾ ਕੀ ਹੈ, ਜਾ ਕਿਵੇਂ ਦਾ ਕੀ ਹੈ, ਸਰਕਾਰ ਦਾ ਜਿਹੜਾ ਸ਼ੇਰ ਹੈ ਬੱਚੇ ਦੇ ਕਦਮਾਂ ਦੇ ਵਿੱਚ ਸਜਦੇ ਪਿਆ। ਅਤੇ ਨਾਦਰ ਨੇ ਸਿਰ 'ਤੇ ਬਾਹਾਂ ਤਰ ਲਈਆਂ, ਕਹਿੰਦਾ ਕੀ ਹੈ, ਮੇਰੀ ਦਾਵਤ ਕਬੂਲ ਨੇ ਹੋਈ, ਮੇਰੀ ਦਾਵਤ ਕਬੂਲ ਨੇ ਹੋਈ, ਮੇਰੀ ਦਾਵਤ ਕਬੂਲ ਨੇ ਹੋਈ। ਸਰਕਾਰ ਫਰਮਾਉਂਦੇ ਨੇ ਦਿਲ ਦੇ ਵਿੱਚ ਉਹ ਚੱਲਿਆ, ਜਿਵੇਂ ਦੀ ਤੇਰੀ ਹੋਈ ਹੈ ਕਿਸੇ ਦੀ ਹੋਈ ਨਹੀਂ। ਆਖਿਆ ਸਰਕਾਰ ਤੁਹਾਡੇ ਸ਼ੇਰ ਨੇ ਮੇਰੇ ਬੱਚੇ ਨੂੰ ਖਾਧਾ ਨਹੀਂ। ਸਰਕਾਰ ਫਰਮਾਉਂਦੇ ਨੇ ਚੱਲ ਪੁੱਛ ਲੈਂਦੇ ਹਾਂ, ਚੱਲ ਪੁੱਛ ਲੈਂਦੇ ਹਾਂ। ਜਿਸ ਲਈ ਨਹੀਂ ਗੱਲ ਹੋਈ, ਸਰਕਾਰ ਆਏ, ਆ ਕਹਿੰਦੇ ਨੇ ਹਾਰਸ। ਆਖਿਆ ਜੀ ਮੌਲਾ। ਆਖਿਆ ਤੈਨੂੰ ਤੇਰੀ ਖੁਰਾਕ ਭੇਜੀ ਸੀ, ਕਿਆ ਤੈਨੂੰ ਭੁੱਖ ਨਹੀਂ ਲੱਗੀ, ਤੂੰ ਇਹਨੂੰ ਖਾਧਾ ਹੀ ਨਹੀਂ। ਆਖਿਆ ਸਰਕਾਰ, ਭੁੱਖ ਤੇ ਬੜੀ ਲੱਗੀ ਸੀ, ਭੁੱਖ ਤੇ ਬੜੀ ਲੱਗੀ ਸੀ, ਖਾਲਕ ਔਰ ਮਾਲਕ ਵੱਲੋਂ ਜ਼ੁਬਾਨ ਅਤਾ ਹੋਈ ਨਾ ਜਿਸਲੇ ਉਹਨੂੰ। ਉਹਨੇ ਆਖਿਆ ਸਰਕਾਰ, ਭੁੱਖ ਤੇ ਬੜੀ ਲੱਗੀ ਸੀ, ਭੁੱਖ ਬੜੀ ਲੱਗੀ ਸੀ, ਜਦੋਂ ਮੈਂ ਇਹਨੂੰ ਪੱਬ ਲੈ ਕੇ ਪੈਂਦਾ ਸਾਂ, ਤੁਹਾਡੀ ਤਸਵੀਰ ਨਜ਼ਰ ਆ ਜਾਂਦੀ ਸੀ, ਮੈਂ ਸਜਦੇ ਪੈ ਜਾਂਦਾ ਸਾਂ। ਸਰਕਾਰ ਨੇ ਉਸ ਬੱਚੇ ਨੂੰ ਫੜਿਆ ਔਰ ਬਲੀ ਕਰ ਦਿੱਤਾ। ਉਹ ਬੱਚਾ ਸਾਰੇ ਲੋਕਾਂ ਨੂੰ ਇਕੱਠਿਆਂ ਕਰਕੇ ਪਤਾ ਕੀ ਆਉਂਦਾ, ਮੀਰਾ ਜੇ ਆ ਜਾਗੀ ਉੱਤੇ ਹੋਰ ਨਾ ਕੋਈ, ਨਾਨਾ ਸੋਹਣਾ ਨਬੀ ਤੇ ਦਾਦਾ ਸੋਹਣਾ ਅਲੀ। ਉਹ ਸਿਰ ਸੇਰਾ ਏ ਦੇ ਹੈ ਤੇਰੇ ਕਰਾਰ ਦਾ, ਸਿਰ ਸੇਰਾ ਏ ਦੇ ਹੈ ਤੇਰੇ ਕਰਾਰ ਦਾ, ਉਹ ਤਾਈਓ ਮੀਰਾ ਦਾ ਕਰਮ ਬਾਜਾ ਮਾਰਦਾ, ਤੇ ਆ ਜੋ ਜਿੰਨੇ ਪਾਰ ਲੰਘਣਾ, ਤੇ ਆ ਜੋ ਜਿੰਨੇ ਪਾਰ ਲੰਘਣਾ, ਸਿਰ ਸੇਰਾ ਏ ਦੇ ਹੈ ਤੇਰੇ ਕਰਾਰ ਦਾ। ਫੈਸਦੀਆਂ ਮੱਚੀਆਂ ਦੋਹਾਈਆਂ,
ਵਿੱਚ ਮੇਰਾ ਰੂਹਾਂ ਪਈਆਂ ਪਾਈਆਂ। ਇਹ ਕਿਹੜੀ ਹਸਤੀ ਨੇ ਆਖਿਆ ਹੈ? ਬਚਪਨ ਦਾ ਦੌਰ ਜਨਾਬ ਮੀਰਾ ਸਰਕਾਰ ਦਾ। ਚਾਰ ਬੱਚਿਆਂ ਦਾ ਧਿਆਨ ਪਿਆ ਤੇ ਖੇਡ ਕੀ ਰਹੇ ਨੇ ਖੂਹ ਕਿਆਰੀਆਂ, ਤੇ ਸਰਕਾਰ ਫਰਮਾਨ ਲੱਗੇ ਬੱਚਿਓ ਮੈਨੂੰ ਵੀ ਖਡਾ ਲਓ। ਉਹਨਾਂ ਆਖਿਆ ਸਰਕਾਰ ਸਾਡੇ ਕੋਲ ਨੇ ਚਾਰ ਰੰਬੀਆਂ ਤੇ ਅਸੀਂ ਚਾਰੇ ਖੇਡਣ ਵਾਲੇ ਹਾਂ, ਆਪਣੀ ਰੰਬੀ ਬਣਵਾ ਲਿਆਓ ਤੇ ਖੇਡ ਲਵੋ। ਸਰਕਾਰ ਦੌੜਦੇ ਗਏ, ਜਾ ਕੇ ਆਉਂਦੇ ਨੇ ਬਾਬਾ ਲੋਹਾਰ। ਆਖਿਆ ਜੀ ਸਰਕਾਰ। ਆਖਿਆ ਜਲਦੀ ਕਰੋ, ਮੈਨੂੰ ਇੱਕ ਰੰਬੀ ਬਣਾ ਕੇ ਦਿਓ, ਮੈਨੂੰ ਇੱਕ ਰੰਬੀ ਬਣਾ ਕੇ ਦਿਓ। ਤੇ ਹੱਥ ਬੰਨ ਕੇ ਆਉਂਦਾ ਉਹ ਬਾਬਾ ਕਿ ਸਰਕਾਰ ਤੁਹਾਨੂੰ ਤੇ ਆਪਣੀ ਰੰਬੀ ਦੀ ਪਈ ਹੈ, ਅੰਦਰ ਮੇਰਾ ਪੋਤਰਾ ਪਿਆ ਮਰਦਾ ਹੈ, ਅੰਦਰ ਮੇਰਾ ਪੋਤਰਾ ਪਿਆ ਮਰਦਾ ਹੈ। ਹਸਨੀ ਹੁਸੈਨੀ ਸੈਯਦ ਦਾ ਵਾਅਦਾ ਹੋ ਗਿਆ। ਉਹਨਾਂ ਆਖਿਆ ਬਾਬਾ ਤੂੰ ਸਾਡੀ ਰੰਬੀ ਬਣਾ, ਅਸੀਂ ਤੇਰਾ ਪੋਤਰਾ ਨਹੀਂ ਮਰਨ ਦਿਆਂਗੇ। ਜਿਸ ਲਈ ਇੰਨੀ ਗੱਲ ਹੋਈ, ਸਰਕਾਰ ਜਾ ਕੇ ਉਸ ਬੱਚੇ ਦੇ ਸਰਾਂਦਾ ਨਾਲ ਬਹਿ ਗਏ। ਇਜ਼ਰਾਈਲ ਆਵੇ ਉਹਦਾ ਦਾਂ ਨਾ ਲੱਗੇ, ਆਵੇ ਉਹਦਾ ਦਾਂ ਨਾ ਲੱਗੇ, ਆਵੇ ਚਲਾ ਜਾਵੇ, ਆਵੇ ਚਲਾ ਜਾਵੇ, ਕਿਉਂਕਿ ਪੀਰਾਂ ਦੇ ਪੀਰ ਲਜਪਾਲ ਸ਼ਹਿਨਸ਼ਾਹ ਸਰਾਂਦਾ ਵਾਲੀ ਸਾਈਡ ਤੇ ਬੈਠੇ ਸਨ। ਜਿਸ ਲਈ ਇੰਨੀ ਗੱਲ ਹੋਈ ਨਾ, ਤੇ ਠੁੱਕ ਠੁੱਕ ਦੀ ਆਵਾਜ਼ ਜਿਸ ਲਈ ਬਾਹਰੋਂ ਬੰਦ ਹੋਈ ਤੇ ਸਰਕਾਰ ਦੇ ਜਾਤ ਪਾਕ ਬਾਹਰ ਆ ਗਏ ਕਿ ਮੇਰੀ ਰੰਬੀ ਬਣ ਗਈ ਹੈ। ਜਿਸ ਲਈ ਬਾਹਰ ਆਏ ਨਾ, ਉਧਰੋਂ ਇਜ਼ਰਾਈਲ ਦਾ ਦਾਂ ਲੱਗਾ, ਉਹ ਰੂਹ ਪ੍ਰਵਾਸ ਕਰ ਗਿਆ ਲੈ ਕੇ। ਜਿਸ ਲਈ ਰੂਹ ਲੈ ਕੇ ਪ੍ਰਵਾਸ ਕੀਤਾ ਨਾ, ਜਿਸ ਲਈ ਰੂਹ ਲੈ ਕੇ ਪ੍ਰਵਾਸ ਕੀਤਾ ਤੇ ਬਾਬੇ ਲੋਹਾਰ ਨੇ ਸਿਰ ਤੇ ਬਾਹਾਂ ਧਰ ਕੇ ਰੋਣ ਲੱਗ ਪਿਆ। ਆਖਿਆ ਸਰਕਾਰ ਤੁਸੀਂ ਧਿਆਨ ਦੱਸੋ, ਤੇਰਾ ਪੋਤਰਾ ਨਹੀਂ ਮਰਨ ਦਿੰਦੇ ਤੇ ਉਹ ਮੇਰਾ ਪੋਤਰਾ ਮਰ ਗਿਆ। ਸਰਕਾਰ ਫਰਮਾਉਂਦੇ ਨੇ ਤੇਰੇ ਨਾਲ ਵਾਅਦਾ ਹੋਇਆ ਸੀ ਤੇਰਾ ਪੋਤਰਾ ਨਹੀਂ ਮਰਨ ਦਿਆਂਗੇ, ਤੇ ਤੇਰਾ ਪੋਤਰਾ ਨਹੀਂ ਮਰਦਾ। ਸਰਕਾਰ ਨੇ ਇੱਧਰ ਵੇਖਿਆ, ਇੱਧਰ ਵੇਖਿਆ, ਇੱਧਰ ਵੇਖਿਆ, ਇੱਧਰ ਵੇਖਿਆ, ਕਿਧਰੇ ਨਜ਼ਰ ਨਹੀਂ ਆਇਆ ਇਜ਼ਰਾਈਲ, ਆਸਮਾਨ ਦੇ ਉੱਤੇ ਵੇਖਿਆ ਤੇ ਚੌਥੇ ਆਸਮਾਨ ਦੇ ਉੱਤੇ ਪ੍ਰਵਾਸ ਕਰ ਰਿਹਾ। ਸਰਕਾਰ ਨੇ ਵੀ ਨਾਲ ਪ੍ਰਵਾਸ ਸ਼ੁਰੂ ਕੀਤੀ, ਜਾ ਕੇ ਰੂਹ ਵਾਲੀ ਕੰਦੀਲ ਲਿਆਂਦੀ ਤੇ ਕਬਰਸਤਾਨ ਦੇ ਵਿੱਚ ਆਏ। ਛੋਟੇ ਛੋਟੇ ਬਾਲ, ਬੂੜੇ ਬੜੇ ਸਾਰੇ ਜ਼ਿੰਦਾ ਕਰਨੇ ਸ਼ੁਰੂ ਕਰ ਦਿੱਤੇ। ਜਿਸ ਵੇਲੇ ਜ਼ਿੰਦਾ ਕਰਨੇ ਸ਼ੁਰੂ ਕੀਤੇ, ਆਪ ਦੇ ਦਾਦਾ ਨੂੰ ਪਤਾ ਲੱਗਾ, ਆਪ ਦੇ ਦਾਦਾ ਨੂੰ ਪਤਾ ਲੱਗਾ ਕਿ ਤੁਹਾਡਾ ਗਾਉਸ ਜਿਹੜਾ ਹੁਣੇ ਮੌਜੂਦ ਹੋਣ ਲੱਗ ਪਿਆ। ਆਪ ਗੁੱਸੇ ਦੇ ਨਾਲ ਆਏ, ਆ ਕੇ ਇੱਕ ਸੱਜੇ ਪਾਸੇ ਚੰਡ ਮਾਰ ਦਿੱਤੀ। ਸੱਜੇ ਪਾਸੇ ਚੰਡ ਮਾਰੀ ਨਾ, ਸੱਜੇ ਪਾਸੇ ਚੰਡ ਮਾਰੀ ਤੇ ਸਰਕਾਰ ਮੁਸਕੁਰਾਉਣ ਲੱਗ ਪਏ। ਜਨਾਬ ਮੀਰਾ ਸਰਕਾਰ ਦੀ ਜਾਤ ਪਾਤ ਜਿਸ ਵੇਲੇ ਮੁਸਕੁਰਾਉਣ ਲੱਗ ਪਏ ਨਾ, ਤੇ ਸਰਕਾਰ ਦੇ ਦਾਦਾ ਜਾਨ ਪੁੱਛਦੇ ਨੇ ਗੌਸ ਕਿਆ ਤੈਨੂੰ ਦਰਦ ਨਹੀਂ ਹੋਈ, ਗੌਸ ਕਿਆ ਤੈਨੂੰ ਦਰਦ ਨਹੀਂ ਹੋਈ? ਆਖਿਆ ਦਾਦਾ ਜਾਨ, ਦਾਦਾ ਜਾਨ, ਦਾਦਾ ਜਾਨ, ਦਰਦ ਦਾ ਤੇ ਮੈਨੂੰ ਪਤਾ ਨਹੀਂ, ਅਗਰ ਤੁਸੀਂ ਮੈਨੂੰ ਖੱਬੇ ਪਾਸੇ ਮਾਰਦੇ ਮੈਂ ਤਾਂ ਕਿਆਮਤ ਮਰਨੀ ਕੋਈ ਨਾ ਦਿੰਦਾ। ਤੇ ਉਹ ਬਾਬਾ ਲੋਹਾਰ ਜਿਸ ਵੇਲੇ ਉਹਦਾ ਪੋਤਰਾ ਜ਼ਿੰਦਾ ਹੋਇਆ ਨਾ, ਤੇ ਉਹ ਪਤਾ ਕੀ ਆਂਦਾ, ਮੁਰਦਿਆਂ ਵਿੱਚ ਮੀਰਾ ਰੂਹਾਂ ਪਈਆਂ ਪਾਈਆਂ, ਤਾਂਓ ਇਹਦੇ ਫੈਸਲੀਆਂ ਮੱਚੀਆਂ ਦੁਹਾਈਆਂ। ਫੁੱਲ ਹਾਸ ਹੁਸੈਨੀ ਗੁਲਜ਼ਾਰ ਦਾ, ਫੁੱਲ ਹਾਸ ਹੁਸੈਨੀ ਗੁਲਜ਼ਾਰ ਦਾ, ਤਾਂ ਮੀਰਾਂ ਦਾ ਕਰਮ ਵਾਜਾ ਮਾਰਦਾ ਤੇ ਆਜੋ।